ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੂ, ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭਗਵਾਨਪੁਰਾ ਦੇ ਨੌਜਵਾਨ ਕਾਂਗਰਸੀ ਆਗੂ ਗੁਰਜੰਟ ਸਿੰਘ ਗਿੱਲ ਦੇ ਦਾਦਾ ਸਵਰਗੀ ਕੁਲਵੰਤ ਸਿੰਘ ਗਿੱਲ ਅਟਾਰੀ ਵਾਲੇ ਜੋ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਸਨ, ਨਿਮਿਤ ਰੱਖੇ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਐਤਵਾਰ ਨੂੰ ਪਾਏ ਗਏ। ਪੇਸ਼ ਹੈ ਪਿੰਡ ਭਗਵਾਨਪੁਰਾ ਕਲਾਂ ਤੋਂ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਜਿੰਦਰ ਸਿੰਘ ਗੁੱਲਾਂ ਦੇ ਨਾਲ ਪਿਸ਼ੌਰਾ ਸਿੰਘ ਪੰਨੂ ਵੱਲੋਂ ਤਿਆਰ ਭੋਗ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੀ ਇਹ ਵਿਸ਼ੇਸ਼ ਰਿਪੋਰਟ। ਬੀਤੀ 31 ਅਗਸਤ 2018 ਨੂੰ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗ ਕੇ ਅਕਾਲ ਚਲਾਣਾ ਕਰ ਗਏ ਸ਼੍ਰੀ ਕੁਲਵੰਤ ਸਿੰਘ ਗਿੱਲ ਅਟਾਰੀ ਵਾਲਿਆਂ ਦਾ ਜਨਮ 1931 ਨੂੰ ਪਿੰਡ ਭਗਵਾਨਪੁਰਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਅੱਜ ਕੱਲ੍ਹ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਦਾਰ ਕੁਲਵੰਤ ਸਿੰਘ ਗਿੱਲ ਫੌਜ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਲੱਗੇ। ਆਪ ਨੇ ਮਾਤਾ ਪ੍ਰਕਾਸ਼ ਕੌਰ ਨਵਾਂ ਪਿੰਡ ਵਾਲਿਆਂ ਨਾਲ ਆਪਣਾ ਗ੍ਰਹਿਸਥੀ ਜੀਵਨ ਸ਼ੁਰੂ ਕੀਤਾ। ਆਪ ਦੇ ਘਰ ਦੋ ਸਪੁੱਤਰ ਅਸ਼ਪਾਲ ਸਿੰਘ ਗਿੱਲ, ਜਸਬੀਰ ਸਿੰਘ ਗਿੱਲ ਅਤੇ 3 ਸਪੁੱਤਰੀਆਂ ਬੀਬੀ ਬਲਵਿੰਦਰ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਮਨਜੀਤ ਕੌਰ ਨੇ ਜਨਮ ਲਿਆ। ਆਪ ਨੇ ਫੌਜ ਵਿੱਚੋਂ ਰਿਟਾਇਰਮੈਂਟ ਹੋਣ ਤੋਂ ਬਾਅਦ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਹਿੱਸਾ ਪਾ ਕੇ ਹਰ ਤਰ੍ਹਾਂ ਦੀ ਸੇਵਾ ਨਿਭਾਈ। ਆਪ ਜੀ ਦੇ 3 ਪੋਤਰੇ ਗੁਰਜੰਟ ਸਿੰਘ ਗਿੱਲ, ਭਗਵੰਤ ਸਿੰਘ ਗਿੱਲ ਅਤੇ ਹਰਮਨਜੋਤ ਸਿੰਘ ਗਿੱਲ ਆਪਣੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਹਰ ਧਾਰਮਿਕ, ਸਮਾਜਿਕ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਗੁਰਜੰਟ ਸਿੰਘ ਗਿੱਲ ਪੂਰੇ ਇਲਾਕੇ ਅਤੇ ਪਿੰਡ ਭਗਵਾਨਪੁਰਾ ਕਲਾਂ ਦੇ ਸੀਨੀਅਰ ਨੌਜਵਾਨ ਕਾਂਗਰਸੀ ਅਤੇ ਸਿਰਕਟ ਆਗੂ ਦੇ ਤੌਰ 'ਤੇ ਜਾਣੇ ਜਾਂਦੇ ਨੇ। 31 ਅਗਸਤ 2018 ਨੂੰ ਕੁਲਵੰਤ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਨਿਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ 9 ਸਤੰਬਰ ਨੂੰ ਉਹਨਾਂ ਦੇ ਜੱਦੀ ਗ੍ਰਹਿ ਨਿਵਾਸ ਗਿੱਲ ਹਾਊਸ ਭਗਵਾਨਪੁਰਾ ਵਿਖੇ ਪਾਏ ਗਏ। ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਇਲਾਕੇ ਭਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਸ਼ਾਮਲ ਹੋਈਆਂ। ਅੰਤਮ ਅਰਦਾਸ ਉਪਰੰਤ ਗ੍ਰੰਥੀ ਸਿੰਘ ਵੱਲੋਂ ਗੁਰੂ ਸਾਹਿਬਾਨ ਦਾ ਪ੍ਰਮਾਣ ਹੁਕਮਨਾਮਾ ਲਿਆ ਗਿਆ। ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਹੋਵੇ ਸਿਫਤ ਦਸਮਦੀ ਨੂਰ ਸੋ ਗੁਰ ਸੋ ਦਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਸਜਣ ਸਚਾ ਪਾਤ ਸਾਹੋ ਸਿਰ ਸਾਹੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਸਿਮਰਤ ਸਭ ਮਨ ਖੋਈ ਗੁਣ ਨਿਦਾਨ ਭਗਤਨ ਕਉ ਬਰਤਨ ਬਿਰਲਾ ਪ੍ਰਭ ਸੋਈ
ਜਾ ਕੀ ਸਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਗ੍ਰੰਥੀ ਸਿੰਘ ਵੱਲੋਂ ਇਲਾਹੀ ਬਾਣੀ ਦਾ ਫਰਮਾਨ ਹੁਕਮਨਾਮਾ ਲੈਣ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ, ਜਿਸ ਵਿੱਚ ਅਸਾਂ ਵੀ ਉੱਥੇ ਜਾਣਾ ਗੁਰਬਾਣੀ ਸ਼ਬਦ ਸੰਗਤਾਂ ਵੱਲੋਂ ਸਰਵਣ ਕੀਤਾ ਗਿਆ। Yeah.
ਵੱਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸ ਵੀ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਚੌਰ ਚੜਾਈ ਮਾਏਗਾ ਜੀ ਕਿਆ ਖੁਸ਼ਾ ਸ੍ਰੀ ਵਾਹਿਗੁਰੂ। ਉਹ ਦਿਨ ਤੋਂ ਲੈ ਕੇ ਅੱਜ 10 ਸਾਲ ਹੋ ਗਏ ਆ। ਗੁਰੂ ਗੋਬਿੰਦ ਸਿੰਘ ਜੀ 19 ਸਾਲ ਦੀ ਉਮਰ ਸੀ ਜਦੋਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਫਕੀਰ ਨੇ ਯਾਦ ਕੀਤਾ ਤੇ ਗਏ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਗਰੀਬ ਨਵਾਜ਼ ਜੀ, ਇਸ ਵਿੱਚ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਵੀ ਜ਼ਿਕਰ ਕੀਤਾ ਗਿਆ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਆਇਆ ਸੀ, ਤੂੰ ਇੱਥੇ ਠਹਿਰਿਆ ਸੀ, ਫਕੀਰ ਨੂੰ ਪੁੱਛਦੇ ਆ ਵੀ ਤੇਰੇ ਕੋਲ ਇਹ ਸਿੱਖ ਠਹਿਰਿਆ ਸੀ, ਕਹਿੰਦੇ ਜੀ ਆਓ ਆ ਮੇਰੀ ਦਰਗੋਹ ਦਰਗਾਹ ਜਿੱਥੇ ਮੈਂ ਪਾਠ ਪੂਜਾ ਕਰਦਾ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਰਗਾਹ ਬਣੀ ਹੈ, ਕੁਟੀਆ ਬਣੀ ਹੈ, ਧਿਆਨ ਦਿਆ ਕਿ ਦਰਗਾਹ ਦੇ ਵਿੱਚ ਕਦੀ ਕਬਰ ਨਹੀਂ ਹੁੰਦੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਸੀਤ ਵਿੱਚ ਕਦੀ ਕਬਰ ਨਹੀਂ ਹੁੰਦੀ, ਇਹ ਜਿਹੜੀ ਦਰਗਾਹ ਬਣੀ ਤੇ ਮਾਰੇ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਇਹਨੂੰ ਸਮਾਂ ਨਹੀਂ ਜੀ ਲੱਗਣਾ, ਬਿਰ ਸਿਰ ਬਾਹਰ ਨਾ ਲੱਗੇ ਜੋ ਕਾਗਜ਼ ਸੁੱਟ ਕੇ ਵੇਖ ਲਏ ਕਾਗਜ਼ ਉੱਤੇ ਬੂੰਦਾ, ਕਿਤੇ ਪਤਾ ਹੀ ਗੱਲ ਅੰਦਰ ਸੁਣ ਮੇਰੀ ਮਨਸਾ ਮੰਨੇ ਮਨ ਸਤ ਦੇਖ ਵਿਕਾਰ ਸੱਚ ਕੀ ਹੈ। ਸਿੱਧ ਸਾਧ ਕਿੱਥੇ ਬੜੇ ਸਿੱਧੀਆਂ ਦੇ ਮਾਲਕ ਸਿੱਧੀਆਂ ਪ੍ਰਾਪਤ ਕੀਤੀਆਂ, ਸਾਧਨਾ ਗਿਸਤੀ ਜੀਵਨ ਵਾਲੇ ਸਿੱਧ ਸਾਧ ਗਿਰੀ ਯੋਗੀ। ਸ਼ਬਦ ਕੀਰਤਨ ਦੀ ਸਮਾਪਤੀ ਉਪਰੰਤ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਸੰਗਤਾਂ ਨੂੰ ਸਰਵਣ ਕਰਵਾਏ ਗਏ। ਨਾਲ ਹੀ ਨਾਲ ਪਾਠ ਕਰਕੇ ਕੀਰਤਨ ਦੀ ਸਮਾਪਤੀ ਹੈ। ਬੇਅੰਤ ਸੇਵਾਵਾਂ ਆਪ ਜੀ ਨੇ ਅਰਦਾਸ ਕਰਾਈਆਂ, ਸਭ ਦੀ ਸੇਵਾ ਪ੍ਰਵਾਨ ਕਰਨ ਦੀ। ਦੌਰਾਨ ਦਸਤਾਰਬੰਦੀ ਦੀ ਰਸਮ ਵੀ ਅਦਾ ਕੀਤੀ ਗਈ ਤੇ ਸ਼ਬਦ ਕੀਰਤਨ ਉਪਰੰਤ ਸਮਾਪਤੀ ਦੀ ਅਰਦਾਸ ਕੀਤੀ ਗਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜ਼ਰੂਬ ਲੈ ਕੇ ਸੰਗਤਾਂ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਈਆਂ। ਗ੍ਰੰਥੀ ਸਿੰਘ ਸਾਹਿਬ ਵੱਲੋਂ ਭਾਈ ਗੁਰਜੰਟ ਸਿੰਘ ਤੇ ਸਮੂਹ ਗਿੱਲ ਪਰਿਵਾਰ ਤਰਫੋਂ ਸਮਾਗਮ ਵਿੱਚ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਗੁਰਸਵਾਈ ਸਾਧ ਸਿੰਘ ਜੀ, ਅੱਜ ਨਗਰ ਭਗਵਾਨਪੁਰੇ ਵਿਖੇ ਸਾਡੇ ਅਤਿ ਹੀ ਸਤਿਕਾਰਯੋਗ ਸਰਦਾਰ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਅਟਾਰੀ ਵਾਲੇ, ਜੋ ਕੁਝ ਦਿਨਾਂ ਤੋਂ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸੰਗਤਾਂ ਪਹੁੰਚੀਆਂ। ਉਹਨਾਂ ਦੇ ਪੋਤਰੇ ਸਰਦਾਰ ਗੁਰਜੰਟ ਸਿੰਘ ਜੀ ਅਤੇ ਸਮੂਹ ਪਰਿਵਾਰ, ਜੋ ਕਿ ਭਾਈ ਸੁਖਪਾਲ ਸਿੰਘ ਜੀ, ਭਾਈ ਜਸਵੀਰ ਸਿੰਘ ਜੀ, ਸ਼ਰਧਾਂਜਲੀ ਭੇਟਾ ਕਰਨ ਵਾਸਤੇ, ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਬਹੁਤ ਹੀ ਪਤਵੰਤੇ ਅਤੇ ਬਹੁਤ ਹੀ ਦੂਰਾਂ ਦਰੇਡਿਆਂ ਤੋਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤ ਪਹੁੰਚੀ।
ਜੋ ਕਿ ਇਹਨਾਂ ਨੇ ਆਪਣਾ ਇਲਾਕੇ ਵਿੱਚ, ਨਗਰ ਵਿੱਚ, ਰਿਸ਼ਤੇਦਾਰੀ ਦੇ ਵਿੱਚ ਇੰਨਾ ਪਿਆਰ ਵੰਡਿਆ, ਕਿਸ ਪਰਿਵਾਰ 'ਤੇ ਮੁੜ ਤੋਂ ਹੀ ਬੜੀ ਵੱਡੀ ਰਹਿਮਤ, ਬੜੀ ਵੱਡੀ ਕਿਰਪਾ ਹੈ। ਜਿੱਦਾਂ ਕਿ ਸਰਦਾਰ ਦਰਿਆਵਤ ਸਿੰਘ ਜੀ, ਸਰਦਾਰ ਕੁਲਵੰਤ ਸਿੰਘ ਜੀ ਇਹ ਵਿਚਰੇ, ਅਤੇ ਅੱਜ ਉਹਨਾਂ ਦਾ ਪਰਿਵਾਰ ਵੀ ਇਸੇ ਤਰ੍ਹਾਂ ਵਿਚਰਿਆ, ਅਤੇ ਸਮਾਜ ਵਿੱਚ ਬੜੀ ਇੱਜ਼ਤ ਅਤੇ ਬੜਾ ਹੀ ਇਹਨਾਂ ਦਾ ਮਾਣ ਸਤਿਕਾਰ ਹੈ। ਸੋ ਇੱਥੇ ਪਹੁੰਚੇ ਬਹੁਤ ਸਾਰੇ ਸੱਜਣ ਸੰਗਤਾਂ, ਜਿਨ੍ਹਾਂ ਦੇ ਵਿੱਚ ਸਰਦਾਰ ਗੁਰਚੇਤ ਸਿੰਘ ਜੀ, ਭੁੱਲਰ ਸਾਹਿਬ ਜੀ, ਸਾਬਕਾ ਮੰਤਰੀ ਸਾਹਿਬ ਜੀ, ਉਹ ਵੀ ਆਏ। ਉਹਨਾਂ ਵੀ ਸ਼ਰਧਾ ਦੇ ਫੁੱਲ ਭੇਟਾ ਕੀਤੇ, ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ। MLA ਸਾਹਿਬ ਸਰਦਾਰ ਸੁਖਪਾਲ ਸਿੰਘ ਜੀ, ਭੁੱਲਰ ਸਾਹਿਬ, ਉਹ ਵੀ ਆਏ। ਉਹਨਾਂ ਨੇ ਵੀ ਹਾਜ਼ਰੀਆਂ ਲਵਾਈਆਂ, ਸ਼ਰਧਾ ਦੇ ਫੁੱਲ ਭੇਟਾ ਕੀਤੇ। ਸਰਦਾਰ ਅਨੂਪ ਸਿੰਘ ਜੀ ਭੁੱਲਰ, ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ। ਸਰਦਾਰ ਸਰਵਣ ਸਿੰਘ ਜੀ ਧੁੰਨ ਸਾਹਿਬ, ਉਹ ਵੀ ਆਏ, ਸੰਗਤਾਂ ਦੇ ਦੀਦਾਰ ਕੀਤੇ, ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। PA ਸਾਹਿਬ ਸਰਦਾਰ ਕਮਲ ਭੁੱਲਰ, PA ਸਾਹਿਬ ਸਰਦਾਰ ਗੁਰਸੇਵਕ ਸਿੰਘ ਜੀ ਭੁੱਲਰ, ਉਹਨਾਂ ਨੇ ਵੀ ਇਸ ਸਮਾਗਮ ਦੇ ਵਿੱਚ, ਸ਼ਰਧਾਂਜਲੀ ਸਮਾਰੋਹ ਦੇ ਵਿੱਚ, ਭਾਈ ਕੁਲਵੰਤ ਸਿੰਘ ਜੀ ਯਾਦ ਵਿੱਚ ਹਾਜ਼ਰੀਆਂ ਭਰੀਆਂ। ਸਰਦਾਰ ਇੰਦਰਜੀਤ ਸਿੰਘ ਜੀ ਉਹ ਪਿੰਡ ਵਾਲੇ, ਉਹ ਵੀ ਆਏ, ਉਹਨਾਂ ਨੇ ਵੀ ਆਪਣੇ ਸ਼ਰਧਾ ਦੇ ਫੁੱਲ ਤੇ ਭੇਟਾ ਕੀਤੇ, ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਕਹਿਣ ਤੋਂ ਭਾਵ ਕਿ ਇਸ ਪਰਿਵਾਰ ਦਾ ਅੱਜ ਤੋਂ ਨਹੀਂ, ਬਹੁਤ ਹੀ ਸਮੇਂ ਤੋਂ ਸਮਾਜ ਦੇ ਵਿੱਚ, ਨਗਰ ਦੇ ਵਿੱਚ, ਇਲਾਕੇ ਦੇ ਵਿੱਚ ਅਤਿ ਪਿਆਰ ਹੈ, ਇਹਨਾਂ ਦਾ ਸਤਿਕਾਰ ਹੈ। ਅਤੇ ਆਸ ਕਰਦੇ, ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ, ਮਾਲਕ ਇਸੇ ਤਰ੍ਹਾਂ ਇਹਨਾਂ ਦਾ ਵੱਧ ਚੜ੍ਹ ਕੇ ਪਿਆਰ ਸਤਿਕਾਰ ਚੜ੍ਹਦੀ ਕਲਾ ਕੋਸ਼ਿਸ਼ ਕਰਨ, ਅਤੇ ਜੋ ਇਹਨਾਂ ਦੇ ਪਰਿਵਾਰਾਂ ਦੇ, ਟਾਰੀ ਵਾਲੇ ਪਰਿਵਾਰਾਂ ਦੇ, ਨਗਰ ਦੇ ਹੋਰ ਵੀ ਸਾਰੇ ਜਿਤਨੇ ਵੀ ਵਸਨੀਕ ਨੇ, ਸਾਰੇ ਹੀ ਇਹਨਾਂ ਦਾ ਬੜਾ ਹੀ ਅੰਦਰੋਂ ਸਤਿਕਾਰ ਕਰਦੇ, ਬੜਾ ਹੀ ਪਿਆਰ ਕਰਦੇ ਹੈ। ਸੋ ਅੱਗੇ ਤੋਂ ਵੀ ਪਾਤਸ਼ਾਹ ਜੀ ਇਹਨਾਂ ਪਰਿਵਾਰਾਂ 'ਤੇ ਚੜ੍ਹਦੀ ਕਲਾ ਰਹਿਮਤ ਰੱਖਣ, ਅਤੇ ਨਦਰੋਂ ਨਦਰ ਨਿਹਾਲ ਕਰਨ। ਅਤੇ ਅਰਦਾਸ ਹੈ ਸਾਡੀ ਸਾਰਿਆਂ ਦੀ, ਸੰਗਤ ਦੀ, ਸਰਦਾਰ ਕੁਲਵੰਤ ਸਿੰਘ ਜੀ ਦੀ ਆਤਮਾ ਨੂੰ ਸਤਿਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣ, ਚੜ੍ਹਦੀਆਂ ਕਲਾਂ ਰੱਖਣ, ਅਤੇ ਸਰਕਾਰੀ ਦਰਬਾਰ ਇਹਨਾਂ ਦੀ ਹਰ ਤਰ੍ਹਾਂ ਕਰਕੇ ਸਾਨੂੰ ਚੜ੍ਹਦੀ ਕਲਾ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਗਵਾਸੀ ਬਾਪੂ ਕੁਲਵੰਤ ਸਿੰਘ ਗਿੱਲ ਅਟਾਰੀ ਵਾਲਿਆਂ ਦੀ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਜਹੇਦਾਰ ਸਰਵਣ ਸਿੰਘ ਧੁੰਨ, ਸਾਬਕਾ ਚੇਅਰਮੈਨ ਤਰਲੋਕ ਸਿੰਘ ਚਕਵਾਲੀਆ, ਇੰਦਰਵੀਰ ਸਿੰਘ ਪਹੂਵਿੰਡ, ਅਮਰਜੀਤ ਸਿੰਘ ਦਿਆਲਪੁਰਾ, ਹਰਜੀਤ ਸਿੰਘ ਸਰਪੰਚ ਚੂੰਗ, ਅਮਰਤਵੀਰ ਸਿੰਘ ਬਿੱਟੂ ਆਸਲ, ਸਾਹਿਬ ਸਿੰਘ ਚਕਵਾਲੀਆ, ਹਲਕਾ ਵਿਧਾਇਕ ਦੇ PA ਕਮਲ ਭੁੱਲਰ, ਪ੍ਰਤਾਪ ਸਿੰਘ ਮਾਚੀਕੇ, ਜਗਦੀਪ ਸਿੰਘ ਡਲੇਰੀ, ਚੈਨ ਸਿੰਘ ਜੰਗ, ਪ੍ਰਦੁਮਨ ਸਿੰਘ ਭਗਵਾਨਪੁਰਾ, ਸੁਖਵਿੰਦਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਪ੍ਰਧਾਨ, ਸੰਤੋਖ ਸਿੰਘ ਆਦਿ ਵੱਡੀ ਗਿਣਤੀ ਰਿਸ਼ਤੇਦਾਰ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਸ਼ਾਮਲ ਹੋਈਆਂ। ਪਰਿਵਾਰ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਈਆਂ ਸੰਗਤਾਂ ਲਈ ਚਾਹ ਪਾਣੀ, ਲੰਗਰ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਭਗਵਾਨਪੁਰ ਕਲਾਂ ਤੋਂ ਕੈਮਰਾਮੈਨ ਹਰਜਿੰਦਰ ਸਿੰਘ ਗੋਲਨ ਦੇ ਨਾਲ ਗਰਾਊਂਡ ਰਿਪੋਰਟ TV ਨਿਊਜ਼ ਇੰਡੀਆ ਲਈ ਪਿਸ਼ੌਰਾ ਸਿੰਘ ਪੰਨੂ ਵੱਲੋਂ ਤਿਆਰ ਕੀਤੀ ਇਹ ਵਿਸ਼ੇਸ਼ ਰਿਪੋਰਟ।